ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਇਹਦਾ ਘਰ ਬਾਹਰ ਆ ਸੁਖਦੇਵ ਸਿੰਘ, ਉਹਦੀ ਬਾਹਰੋਂ ਸਾਜਿਸ਼ ਆ, ਇਹਨਾਂ ਸਾਰੇ ਪਰਿਵਾਰ ਨੇ, ਇਹਨਾਂ ਦੀ ਇੱਕ ਭੈਣ ਆ, ਇੱਕ ਉਹ ਵੀ ਇਹਨਾਂ ਕੀ ਇਹਨਾਂ ਦਾ ਪਿਓ, ਇਹਨਾਂ ਦੇ ਮੁੰਡਿਆਂ ਦਾ, ਉਹ ਵੀ ਨਾਲ ਇਹਨਾਂ ਦੇ ਰਲ ਕੇ, ਇਹਨਾਂ ਸਾਰੇ ਕੁੜੀ ਨੇ ਜਿਹੜਾ ਇੱਕ ਇੰਨਾ ਕੰਮ ਰਲ ਕੇ ਕੀਤਾ ਆ। ਜੋ ਮਰਨੀ ਲੜਕੀ ਉਹ ਮੇਰੀ ਭਤੀਜੀ ਲੱਗਦੀ ਸੀ ਪਲਵਿੰਦਰ ਕੌਰ, ਇਹ ਪਰ ਇਹ ਆਪਦੇ ਸਹੁਰੇ ਪਰਿਵਾਰ ਨੂੰ ਬਹੁਤ ਤੰਗ ਹੀ, ਅਸੀਂ ਘੱਟੋ ਘੱਟ 10-15 ਵਾਰੀ ਉਹਨਾਂ ਦਾ ਰਾਜਨਾਮਾ ਕਰਾ ਕੇ ਅਸੀਂ ਗਏ, ਮਾਮੇ ਗਏ, ਅਤੇ ਅਸੀਂ ਵਿੱਚੋਂ ਇਹ ਸਕੀਮ ਆਈ ਵੀ ਚਲੋ ਇਹਨੂੰ ਲੈ ਹੀ ਆਉਣੀ ਕਿਤੇ ਹੋਰ ਬਣਾ ਦਾਂਗੇ, ਪਰ ਅਸੀਂ ਫਿਰ ਆਖਿਆ ਚਲੋ ਇਹਨਾਂ ਘਰੇ ਇਹਨਾਂ ਵਸੇਬਾ ਹੋ ਜੇ, ਅਤੇ ਜੇ ਸਾਨੂੰ ਪਤਾ ਹੁੰਦਾ ਵੀ ਇਹਨਾਂ ਨੇ ਇਹੀ ਕੁੜੀਆ ਘਰ ਇਹਨਾਂ ਕਰਨਾ, ਅਤੇ ਅਸੀਂ ਉਹਨਾਂ ਦੇ ਪਹਿਲਾਂ ਹੀ ਇਹਨਾਂ ਨੂੰ ਲੈ ਆਉਂਦੇ ਇਹਨਾਂ ਨੂੰ, ਇਹ ਉਹ ਕਿਹਦਾ ਘਰ ਬਾਹਰ ਆ ਸੁਖਦੇਵ ਸਿੰਘ, ਉਹਦੀ ਬਾਹਰੋਂ ਸਾਜਿਸ਼ ਆ, ਇਹਨਾਂ ਸਾਰੇ ਪਰਿਵਾਰ ਨੇ, ਇਹਨਾਂ ਦੀ ਇੱਕ ਭੈਣ ਆ, ਇੱਕ ਉਹ ਵੀ ਇਹਨਾਂ ਕੀ ਇਹਨਾਂ ਦਾ ਪਿਓ, ਇਹਨਾਂ ਦੇ ਮੁੰਡਿਆਂ ਦਾ, ਉਹ ਵੀ ਨਾਲ ਇਹਨਾਂ ਦੇ ਰਲ ਕੇ, ਇਹਨਾਂ ਸਾਰੇ ਕੁੜੀ ਨੇ ਜਿਹੜਾ ਇੱਕ ਇੰਨਾ ਕੰਮ ਰਲ ਕੇ ਕੀਤਾ ਆ, ਇਹਨਾਂ ਨੇ ਸਰ ਜੋ ਆ ਸਾਰੇ ਪਰਿਵਾਰ ਦੀ ਰਜਾਮੰਦੀਆਂ ਹੋਏ, ਜੋ ਕੁਝ ਹੋਇਆ ਇਹਨਾਂ ਦਾ ਤੰਗ ਪਰੇਸ਼ਾਨ ਕਰਦੇ, ਕਦੀ ਕਹਿੰਦੇ ਕੁਝ ਲੈ, ਕਦੀ ਕੁਝ ਲੈ, ਦੱਸਦੇ ਮੰਗਦੇ ਸੀ ਐਵੇਂ ਖਾ ਮਖਾ, ਤੁਸੀਂ ਜਾ ਕੇ ਰੂੜੀਆਂ ਸਟਾਉਂਦੇ ਰਹੇ, ਜੋ ਤੁਸੀਂ ਗੋਹਾ ਸੁੱਟੋ, ਤੁਸੀਂ ਤੁਹਾਨੂੰ ਖਾਣ ਨੂੰ ਨਹੀਂ ਦੇਣਾ, ਕੁਛ ਨਹੀਂ ਦੇਣਾ, ਇਹਲੀਆਂ 8-8 ਦਿਨ ਇੱਥੇ ਵਿਚਾਰੇ ਰਹਿ ਕੇ ਜਾਂਦੀਆਂ ਸੀ, ਫਿਰ ਇਹਨਾਂ ਭੇਜਣਾ ਜਾਓ ਕੁੜੀ ਤੁਹਾਡਾ ਘਰੇ ਵਸੇਬਾ, ਕੋਈ ਨਹੀਂ ਤੰਗ ਕਰਦੇ ਆ, ਸਾਨੂੰ ਪਹਿਲਾਂ ਪਤਾ ਹੁੰਦਾ ਵੀ ਇਹਨਾਂ ਕਰਦੇ ਤਾਂ ਅਸੀਂ ਚੱਲ ਘਰੇ ਬਹਾ ਲੈਂਦੇ ਇਹਨਾਂ ਨੂੰ, ਨਾ ਮਰ ਜੀ ਇਹਨਾਂ ਜਾਂ ਸਕੀਮ ਆ, ਪਿਓ ਦੀ ਸਕੀਮ ਆ, ਇਹ ਜਦੋਂ ਅਸੀਂ ਇਹਨਾਂ ਸਮਝਾਉਣ ਜਾਂਦੇ ਹਾਂ, ਇਹ ਸਾਨੂੰ ਸਭ ਅੱਗੋਂ ਪੈਂਦੇ ਵੀ ਨਹੀਂ, ਅਸੀਂ ਨਹੀਂ ਆਏ ਤਾਂ ਆਹ ਕੰਮ ਕਰਨਾ, ਉਹ ਕਰਨਾ, ਲੜਾਈਆਂ ਕਰ, ਹਾਂ ਅਸੀਂ ਸਾਨੂੰ ਇਹਨਾਂ ਇਨਸਾਫ਼ ਦਿੱਤਾ ਜਾਵੇ, ਇਹਨਾਂ ਸਾਰਿਆਂ ਨੂੰ ਪਰਚੇ ਦੇ ਅੰਦਰ ਕੀਤਾ ਜਾਵੇ, ਇਹਨਾਂ ਨੂੰ ਇਨਸਾਫ਼ ਦਿੱਤਾ ਜਾਂ ਇਹ ਗਾਂਹ ਮੁੜ ਕੇ ਠੱਲ ਪਏ ਲੋਕਾਂ ਨੂੰ, ਦਾਜ ਦੇ ਖਾਤਰ ਮੰਗ ਕੇ ਇਹਨਾਂ ਜੀ ਲੋਕਾਂ ਦਾ ਮਰਡਰ ਕਰਦੇ ਲੋਕ। ਮੇਰਾ ਪਿੰਡ ਵਹੀਂ ਪੀ ਮੇਰੀ ਆਪਣੇ ਵੀਆਂ ਵਰਿਆਂ ਤੋਂ ਜੀ ਵਾਲੇ ਵਿਆਹੀ ਦੀ, ਇਹ ਜਿੱਦਣ ਤੋਂ ਵਿਆਹ ਬਹੁਤ ਤੰਗ ਕਰਦੇ ਰਹੇ ਆ, ਇਹ ਸਾਰਾ ਪਰਿਵਾਰ ਦੀ ਸਲਾਹ ਦੇ ਨਾਲ ਜਿਹੜਾ ਕੰਮ ਕੀਤਾ ਗਿਆ ਵਾ, ਰਾਏ ਕਤਲ ਹੋਇਆ ਇਹਨਾਂ ਰਲ ਕੇ ਕੀਤਾ ਵਾ, ਇਹਦਾ ਘਰ ਵਾਲਾ ਜਿਹੜਾ ਬਾਹਰ ਆ, ਅਤੇ ਬਾਕੀ ਸਾਰਾ ਜਿਹੜਾ ਸਹੁਰਾ ਵਾ, ਜੋ ਇਹਦਾ ਦੇਰ ਆ, ਜੇਠ ਆ, ਮੱਖਣ ਸਿੰਘ, ਛਿੰਦਾ ਸਿੰਘ ਹੋਣੀ, ਸਾਰਿਆਂ ਨੇ ਰਲ ਕੇ ਕੰਮ ਕੀਤਾ ਵਾ, ਅਤੇ ਇਹਦੇ ਬਾਰੇ ਸਾਨੂੰ ਇਨਸਾਮ ਮਿਲਣਾ ਚਾਹੀਦਾ ਵਾ। ਇਹ ਕਦੀ ਕਿਸੇ ਬਹਾਨੇ ਕਦੀ ਆਹ ਚੀਜ਼ ਲਿਆ, ਉਹ ਲਿਆ ਚੀਜ਼ ਦਾ ਇਹਨਾਂ ਕੁੱਟ ਮਾਰ ਕੇ ਕੱਢ ਦੇਣੀ, ਅਸੀਂ ਮੁੜ ਕੇ ਫਿਰ ਆਉਣਾ ਵੀ ਚੱਲ ਘਰ ਹੀ ਵਸਦਾ ਭੋਰਾ ਜਿੰਨਾ ਜਵਾਕ, ਵੇਖੋ ਨਿਕਾਹ ਲੜਕਾ ਉਹਦਾ ਵਿਚਾਰੀ ਦਾ ਰਹਿ ਗਿਆ, ਅਤੇ ਫੋਨ ਨਹੀਂ ਕਰਦਾ ਘਰ ਵਾਲਾ, ਹੁਣ ਇਹਨੂੰ ਨਹੀਂ ਕਰਦਾ, ਲਾ ਕੇ ਦੂਜਿਆਂ ਨੂੰ ਭਰਜਾਈਆਂ ਨੂੰ ਕਰਦਾ ਸੀ, ਅਤੇ ਇਹਦੇ ਨਾਲ ਕੋਈ ਗੱਲਬਾਤ ਨਹੀਂ, ਅਸੀਂ ਪੁੱਛਣਾ ਦੇਣਾ, ਚੱਲ ਕੋਈ ਨਹੀਂ ਆਜੂ ਆਜੂ ਫੋਨ ਕਰਨਾ ਬਸ, ਅਤੇ ਜੋ ਆ ਬਾਹਰਲੇ ਰਾਏ ਦੇ ਸਲਾਹ ਦੇ ਨਾਲ ਹੋਇਆ ਵਾ ਕੰਮ ਜਿਹੜਾ ਹੋਇਆ ਜਹਿਦਰ ਜੀ। ਹਾਂ ਘਰ ਵਾਲਾ ਜਦੋਂ ਆਉਂਦਾ ਕੁੱਟਦਾ ਮਾਰਦਾ, ਹੁਣ ਤਾਂ 2 ਸਾਲ ਹੋ ਗਏ ਬਾਹਰ ਦੀ, ਅਤੇ ਪਰ ਦੇਰ ਜੇਠ ਵੀ ਜਿਹੜੇ ਦਬਕੇ ਛੋਕੇ ਮਾਰਦੇ, ਝਿੜਕਾਂ ਵੀ, ਤੂੰ ਗੋਹਾ ਸੁੱਟਿਆ, ਤੂੰ ਪੱਠੇ ਪਾਲਾ ਮਾਲ ਨੂੰ, ਆ ਤੇਰਾ ਮੱਝਾਂ ਵਾ 2 ਆ, ਤੇਰੇ ਵੰਡੇ ਆਈਆਂ ਵਾ, ਉਹ ਵੰਡੇ ਆਈਆਂ ਵਾ, ਉਹ ਵਿਚਾਰੀ ਭੋਰਾ ਜਿੰਨਾ ਜਵਾਬ ਤਿਆਰ ਕਰਕੇ ਸਕੂਲੇ ਘੱਲਦੀ, ਮੁੜ ਕੇ ਆ ਕੇ ਸਾਰਾ ਦਿਨ ਗੋਹਾ ਸੁੱਟਦੀ ਆ, ਅਤੇ ਬਹੁਤ ਪਰੇਸ਼ਾਨੀ ਕਰਦੀ ਆ। ਇਹ ਹਵੇਲੀ 'ਚ ਮਿਲੀ ਆ ਲਾਗੇ ਨਾ, ਘਰ ਦੇ ਲਾਗੇ ਹਵੇਲੀ ਡੰਗਰਾਂ ਵਾਲੀ, ਉੱਥੇ ਗੋਹਾ ਸੁੱਟਣਗੇ, ਉੱਥੇ ਵੇਖੋ ਕੀ ਹਾਲਤ ਨਾਲ ਉਹਦੇ ਮਾਰਿਆ ਗਿਆ ਜੀ ਵਿਚਾਰੀ, ਬਹੁਤ ਬੁਰੀ ਹਾਲਤ ਨਾਲ ਮਾਰੀ ਆ ਜੀ, ਬਹੁਤ ਤਸੀਹੇ ਦੇ ਦੇ ਮਾਰੀ ਇਹਨਾਂ ਨੇ, ਕੱਲ੍ਹ ਸਾਡੀ ਗੱਲਬਾਤ ਹੁੰਦੀ, ਕੱਲ੍ਹ ਕੋਈ ਗੱਲਬਾਤ ਨਹੀਂ, ਉਹਨੇ ਸਾਨੂੰ ਬਹੁਤ ਵਧੀਆ ਕੀਤੀ, ਮੇਰੀ ਭਰਜਾਈ ਦੇ ਨਾਲ ਗੱਲਬਾਤ ਆਪਦੀ ਮਾਮੀ ਨਾਲ ਕੀਤੀ ਉਹਨੇ ਵੀ ਠੀਕ ਠਾਕ ਆ, ਅਤੇ ਅੱਜ ਸਾਨੂੰ ਫੋਨ ਗਿਆ ਮੇਰੇ ਭਣੇਵੇਂ ਦਾ, ਮੀਰਪੁਰ ਵਾਲੇ ਦਾ, ਵੀ ਆਪਣੀ ਪਿੰਦਰ ਜਿਹੜੀ ਆ ਉਹ ਇਸ ਤਰ੍ਹਾਂ ਪੂਰੀ ਹੋ ਗਈ ਆ, ਅਤੇ ਮਾਮਾ ਜੀ ਆਹੋ ਤੁਸੀਂ, ਅਤੇ ਜਦੋਂ ਅਸੀਂ ਆ ਕੇ ਵੇਖਿਆ ਉਹਨਾਂ ਦੇ ਹਸਪਤਾਲ ਆ, ਵੇਖੋ ਕੀ ਹਾਲਤ ਅਸੀਂ ਵੇਖੀ ਤੁਹਾਡੇ ਸਾਹਮਣੇ ਕੀ ਕੁਛ ਬਣਿਆ ਵਾ, ਇਹ ਕਿਰਪਾ ਕਰਕੇ ਤਾਂ ਸਾਰਿਆਂ ਦੇ ਜਿਹੜਾ ਵਾ ਦੇਰ ਜੇਠ ਦੇ ਇਹਨਾਂ 'ਤੇ ਪਰਚਾ ਕੀਤਾ ਜਾਣ ਦਰਜ ਹੋਣਾ ਚਾਹੀਦਾ ਵਾ। ਕੀ ਮਾਮਲਾ ਹੈਗਾ ਸਰ ਜੀ, ਲੜਕੀ ਦੱਸੋ ਜੀ। ਇਹ ਜੀ ਸਾਨੂੰ ਅੱਜ ਦਾ ਇਨਫੋਰਮੇਸ਼ਨ ਰਿਸੀਵ ਹੋਈ ਕਿ ਪਲਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਪਿੰਡ ਜੀਓਵਾਲਾ ਦੀ ਡੈਥ ਹੋ ਗਈ ਹੈ, ਉਹਦੀ ਡੈਡ ਬੋਡੀ ਗੁਰੂ ਨਾਨਕ ਹਸਪਤਾਲ ਤਰਨ ਤਾਰਨ ਵਿਖੇ ਪਈ ਹੈ, ਜਿਸ 'ਤੇ ਅਸੀਂ ਮੌਕੇ 'ਤੇ ਪੁੱਜੇ ਹਾਂ, ਡੈਡ ਬੋਡੀ ਦੀ ਅਸੀਂ ਜਾਂਚ ਕੀਤੀ ਆ, ਉਹਦੇ ਸਰੀਰ 'ਤੇ ਤਾਂ ਕੋਈ ਨਿਸ਼ਾਨ ਨਿਸ਼ੂਨ ਹੈਗੇ ਨੇ, ਉਹ ਜੋ ਵੀ ਪੋਸਟਮਾਰਟਮ ਰਿਪੋਰਟ 'ਚ ਕਲੀਅਰ ਹੋਵੇ ਉਹਦੇ ਮੁਤਾਬਕ ਲੜਕੀ ਪਰਿਵਾਰ ਦੇ ਬਿਆਨ ਹਾਸਲ ਕਰ, ਜੋ ਵੀ ਬੰਦੀ ਕਾਨੂੰਨੀ ਅਰ ਕੀਤੀ ਜਾਵੇ। ਡੈਡੀ ਕਿਸ ਲੱਗਦਾ ਵੀ ਇਹ ਸੁਸਾਈਡ ਕੇਸ ਆ, ਇਹਦੇ ਬਾਰੇ ਅਜੇ ਕੋਈ ਕਨਫਰਮ ਨਹੀਂ ਜੀ, ਜੋ ਪੋਸਟਮਾਰਟਮ ਰਿਪੋਰਟ ਚੱਲ ਗਿਆ ਉਹ ਜੋ ਮੁਤਾਬਕ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।